ਜ਼ਿਮਨੀ ਚੋਣਾਂ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ। ਸਾਡੇ ਨਾਲ ਕਮਲਜੀਤ ਸੇਤੀਆ ਜੀ, ਭਾਜਪਾ ਦੇ ਜੋ ਪ੍ਰਦੇਸ਼ ਪ੍ਰਵਕਤਾ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਸਰ, ਕੀ ਮਾਹੌਲ ਹੋਇਆ ਚੱਬੇਵਾਲ ਦੇ ਵਿੱਚ? ਚੱਬੇਵਾਲ ਦੇ ਵਿੱਚ ਬਹੁਤ ਅੱਛਾ ਮਾਹੌਲ ਚੱਲ ਰਿਹਾ। ਸਾਡੀ ਪਾਰਟੀ ਦੇ ਬਹੁਤ ਪੁਰਾਣੇ ਸਾਥੀ ਸਰਦਾਰ ਸੋਹਣ ਸਿੰਘ ਠੰਡਲ ਜੀ ਭਾਰਤੀ ਜਨਤਾ ਪਾਰਟੀ ਤੋਂ ਇਸ ਵਾਰ ਚੋਣ ਲੜ ਰਹੇ ਹਨ। ਬਹੁਤ ਤਜਰਬੇ ਵਾਲੇ ਨੇਤਾ ਹਨ, ਪਹਿਲਾਂ ਵੀ ਦੋ ਵਾਰ ਵਿਧਾਇਕ ਰਹੇ ਹਨ, ਮੰਤਰੀ ਰਹੇ ਹਨ, ਔਰ ਉਹਨਾਂ ਦੀ ਇਸ ਹਲਕੇ ਦੇ ਵਿੱਚ ਬਹੁਤ ਪਕੜ ਹੈ। ਸਾਨੂੰ ਪੂਰੀ ਉਮੀਦ ਹੈ ਕਿ ਚੱਬੇਵਾਲ ਦੇ ਲੋਕ ਸਰਦਾਰ ਸੋਹਣ ਸਿੰਘ ਠੰਡਲ ਜੀ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਜ਼ਰੂਰ ਭੇਜਣਗੇ। ਸਰ, ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦਾ ਮੁੱਦਾ ਬੜਾ ਚੱਲ ਰਿਹਾ ਹੈਗਾ, ਕਿਉਂਕਿ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਹੈ। ਕਿਆ ਲੱਗਦਾ ਤੁਹਾਨੂੰ ਬੀਜੇਪੀ ਦੇ ਹੱਕ ਦੇ ਵਿੱਚ ਲੋਕ ਹੋਣਗੇ? ਦੇਖੋ, ਕਿਸਾਨਾਂ ਦਾ ਜਿਹੜਾ ਮੁੱਦਾ ਚੱਲ ਰਿਹਾ ਮੰਡੀਆਂ 'ਚ ਜਿਹੜੇ ਰੋਲ ਰਹੇ, ਉਹਦੇ 'ਚ ਭਾਰਤੀ ਜਨਤਾ ਪਾਰਟੀ ਦਾ ਜਾਂ ਕੇਂਦਰ ਦੀ ਸਰਕਾਰ ਦਾ ਤਾਂ ਕੋਈ ਦੋਸ਼ ਨਹੀਂ। ਕੇਂਦਰ ਦੀ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਨ ਟਾਈਮ 42,000 ਕਰੋੜ ਰੁਪਏ ਜਿਹੜਾ ਹੈਗਾ ਉਹ ਦੇ ਦਿੱਤਾ। ਹੁਣ ਮੰਡੀਆਂ ਦੀ ਰੱਖ ਰਖਾਵ ਕਰਨੀ, ਮੰਡੀਆਂ ਦੀ ਮੇਨਟੇਨੈਂਸ ਕਰਨੀ, ਪੱਲੇਦਾਰਾਂ ਦਾ ਪ੍ਰਬੰਧ ਕਰਨਾ, ਬਾਰਦਾਨੇ ਦਾ ਪ੍ਰਬੰਧ ਕਰਨਾ, ਆੜ੍ਹਤੀਆਂ ਦੇ ਨਾਲ ਮੀਟਿੰਗ ਕਰਕੇ ਸਭ ਕੁਝ ਠੀਕ ਕਰਨਾ, ਇਹ ਪੰਜਾਬ ਸਰਕਾਰ ਦਾ ਕੰਮ ਹੈ, ਜਿਹਦੇ 'ਚ ਉਹ ਫੇਲੀਅਰ ਹੈ। ਇਹ 'ਚ ਕੇਂਦਰ ਦਾ ਕੀ ਦੋਸ਼ ਹੈ, ਬੀਜੇਪੀ ਦਾ ਕੀ ਦੋਸ਼ ਹੈ, ਕੋਈ ਦੱਸੋ ਮੈਨੂੰ। ਕੋਈ ਦੋਸ਼ ਨਹੀਂ, ਉਹਨਾਂ ਨੇ ਤਾਂ ਇਨ ਟਾਈਮ ਆਪਣੇ ਜੋ ਜਿੰਨੇ ਪੈਸੇ ਇਹਨਾਂ ਨੇ ਮੰਗੇ ਦੇ ਦਿੱਤੇ, ਲੇਕਿਨ ਸਾਰੇ ਪ੍ਰਬੰਧਾਂ ਦੇ ਵਿੱਚ ਫੇਲ ਜਿਹੜੀ ਉਹ ਪੰਜਾਬ ਸਰਕਾਰ ਹੈ। ਇਹ 'ਚ ਪੰਜਾਬ ਸਰਕਾਰ ਦਾ ਦੋਸ਼ ਹੈ, ਬੀਜੇਪੀ ਔਰ ਕੇਂਦਰ ਸਰਕਾਰ ਦਾ ਕੋਈ ਦੋਸ਼ ਨਹੀਂ ਹੈਗਾ। ਸੇਤੀਆ ਸਾਹਿਬ, ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੁਹਾਨੂੰ ਨਹੀਂ ਲੱਗਦਾ ਕਿ ਜ਼ਿਮਨੀ ਚੋਣ ਹੋ ਰਹੀ ਹੈ, ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ, ਕੀ ਲੱਗਦਾ ਹੈ ਕਿ ਕੀ ਹੋਵੇਗਾ? ਕਿ ਲੋਕ ਆਮ ਆਦਮੀ ਨੂੰ ਨਹੀਂ ਵੋਟ ਪਾਉਣਗੇ? ਦੇਖੋ, ਆਮ ਆਦਮੀ ਪਾਰਟੀ ਨੂੰ ਲੋਕ ਤਾਂ ਵੋਟ ਪਾਉਣ ਨੂੰ ਤਿਆਰ ਨਹੀਂ ਹੈਗੇ, ਲੇਕਿਨ ਜਿਸ ਤਰੀਕੇ ਦੇ ਨਾਲ ਚੁਣਾਵ ਹੋ ਰਹੇ ਆ, ਜਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਚੱਲ ਰਹੀ ਹੈ, ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਵਾ, ਉਹ ਰੱਜ ਕੇ ਧੱਕਾ ਹੋਊਗਾ, ਰੱਜ ਕੇ ਧੱਕਾ ਕਰ ਰਿਹਾ, ਲੇਕਿਨ ਸਾਡੀ ਪਾਰਟੀ ਦਾ ਇੱਕ ਇੱਕ ਵਰਕਰ ਹਰ ਬੂਥ 'ਤੇ ਖੜੇ ਹੋ ਕੇ ਉਹਨਾਂ ਦੇ ਨਾਲ ਬਰਾਬਰ ਲੜਾਈ ਲੜਾਂਗੇ। ਔਰ ਅਸੀਂ ਪੂਰੀ ਕੋਸ਼ਿਸ਼ ਹਾਂ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੱਬੇਵਾਲ ਦੇ ਵਿੱਚ ਬੁਲੰਦ ਹੋਵੇ। ਸਰ, ਸੋਹਣ ਸਿੰਘ ਠੰਡਲ ਜੀ ਜਿਹੜੇ ਕਿ ਅਕਾਲੀ ਦਲ ਪਾਰਟੀ ਦੇ ਨਾਲ ਸਨ ਪਹਿਲਾਂ ਅਤੇ ਹੁਣ ਬੀਜੇਪੀ ਦੇ ਵਿੱਚ ਆਏ ਨੇ, ਕੀ ਲੱਗਦਾ ਹੈ ਕਿ ਭਾਜਪਾ ਦਾ ਵਰਕਰ ਜਾਂ ਅਕਾਲੀ ਦਲ ਦਾ ਵਰਕਰ ਤਾਂ ਅਕਾਲੀ ਦਲ ਨੂੰ ਹੋਵੇਗਾ, ਜਾਂ ਉਹਨਾਂ ਨੇ ਤਾਂ ਚੋਣਾਂ ਨੂੰ ਕਰ ਦਿੱਤਾ ਹੈਗਾ ਨਹੀਂ ਲੜਨ ਦਾ, ਪਰ ਕਿਆ ਲੱਗਦਾ ਬੀਜੇਪੀ ਦਾ ਜਿਹੜਾ ਵਰਕਰ ਹੈ ਉਹ ਅਕਾਲੀ ਦਲ ਦੇ ਵਿੱਚੋਂ ਆਏ ਸੋਹਣ ਸਿੰਘ ਠੰਡਲ ਨੂੰ ਜਿਹੜਾ ਕਿ ਵੋਟ ਪਾਏਗਾ? ਦੇਖੋ, ਇਸ ਗੱਲ ਦਾ ਤੁਹਾਡੀ ਦਾ ਨਾ ਇਸ ਹਲਕੇ 'ਚ ਚੱਬੇਵਾਲ 'ਚ ਕੋਈ ਜਵਾਬ ਨਹੀਂ। ਡਾਕਟਰ ਰਾਜ ਕਿਹੜੀ ਪਾਰਟੀ 'ਚ ਸੀ ਪਿਛਲੀ ਵਾਰੀ ਕਾਂਗਰਸ ਵੱਲੋਂ ਜਿੱਤੇ ਸੀ 2022 'ਚ? ਉਹ ਕਿਹੜੀ ਪਾਰਟੀ ਵੱਲੋਂ ਲੜ ਰਿਹਾ? ਉਹਦਾ ਬੇਟਾ ਜਾਂ ਉਹ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਕੈਂਡੀਡੇਟ ਐਡਵੋਕੇਟ ਰਣਜੀਤ ਜੀ, ਉਹ ਹਾਲੇ ਹੁਣੇ ਹੁਣੇ ਹੀ ਜਿਹੜਾ ਚੁਣਾਵ ਹੋਇਆ 2024 ਦਾ ਲੋਕ ਸਭਾ ਦਾ, ਉਹ BSP ਵੱਲੋਂ ਲੜੇ ਸੀ, ਉਹ ਕਾਂਗਰਸ ਵੱਲੋਂ ਲੜ ਰਿਹਾ ਹੈ। ਸਰਦਾਰ ਸੋਹਣ ਸਿੰਘ ਠੰਡਲ ਜੀ ਨੇ ਜਿੰਨੇ ਵੀ ਚੁਣਾਵ ਜਿੱਤੇ ਉਹ ਅਕਾਲੀ ਭਾਜਪਾ ਗਠਬੰਧਨ 'ਚ ਹੀ ਜਿੱਤੇ ਨਾ, ਉਹ ਸਾਡੇ ਸਾਰੇ ਵਰਕਰ ਉਹਨਾਂ ਦੀ ਜਿਹੜੀ ਆ ਡਟ ਕੇ ਮਦਦ ਕਰ ਰਹੇ ਆ। ਇਸੇ ਕਰਕੇ ਅਸੀਂ ਕਹਿੰਦੇ ਕਿ ਸਰਦਾਰ ਸੋਹਣ ਸਿੰਘ ਠੰਡਲ ਜ਼ਰੂਰ ਜਿੱਤਣਗੇ। ਸਰ, ਕਿਹੜੇ ਨਾਲ ਪਾਰਟੀ ਨਾਲ ਮੁਕਾਬਲਾ ਚੱਬੇਵਾਲ ਦੇ ਵਿੱਚ ਹੋਵੇਗਾ ਤੁਹਾਡਾ? ਦੇਖੋ, ਚੱਬੇਵਾਲ 'ਚ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਨਾਲ ਹੀ ਹੋਣਾ। ਉਹਦਾ ਕਾਰਨ ਆ ਕਿ ਚੱਬੇਵਾਲ ਵਿਧਾਨ ਸਭਾ ਦੇ ਵਿੱਚ ਆਪ ਔਰ ਕਾਂਗਰਸ ਦਾ ਫਰੈਂਡਲੀ ਮੈਚ ਆ, ਕਿਉਂਕਿ ਜਿਹੜਾ ਕੈਂਡੀਡੇਟ ਹੁਸ਼ਿਆਰਪੁਰ ਤੋਂ ਲਿਆ ਕੇ ਇਹਨਾਂ ਨੇ ਇੱਥੇ ਦਿੱਤਾ ਵਾ, ਉਹ ਕੈਂਡੀਡੇਟ ਇੱਕ ਰਾਤ ਪਹਿਲੇ ਤੱਕ ਵੀ ਜਿਹੜਾ ਸੀ ਉਹਨੂੰ ਪਤਾ ਨਹੀਂ ਸੀ ਵੀ ਮੈਂ ਇਲੈਕਸ਼ਨ ਲੜਨਾ ਚੱਬੇਵਾਲ ਤੋਂ।
ਔਰ ਅਸੀਂ ਬਹੁਤ ਸਾਰੇ ਪ੍ਰੋਗਰਾਮ ਦੇਖੇ, ਤੁਸੀਂ ਪੱਤਰਕਾਰ ਆ, ਦੈਨਿਕ ਸਵੇਰਾ ਬਹੁਤ ਵਧੀਆ ਅਖਬਾਰ ਆ, ਤੁਸੀਂ ਆਪ ਚੈੱਕ ਕਰ ਲਓ, ਤੁਹਾਨੂੰ ਪੂਰੇ ਚੱਬੇਵਾਲ ਵਿਧਾਨ ਸਭਾ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੀ ਲਹਿਰ ਆ ਜਾਂ ਬੀਜੇਪੀ ਦੀ ਲਹਿਰ ਆ, ਬਰਾਬਰ ਦੇ ਸਲੋਗਨ, ਬਰਾਬਰ ਦੇ ਪੋਸਟਰ, ਬਰਾਬਰ ਦੀਆਂ ਫਲੈਕਸਾਂ, ਇਹਨਾਂ ਦੋਨਾਂ ਦੀਆਂ ਕਾਂਗਰਸ ਤਾਂ ਕਿਸੇ ਗਿਣਤੀ 'ਚ ਵੀ ਹੈ ਨਹੀਂ, ਉਹਨਾਂ ਦਾ ਫਰੈਂਡਲੀ ਮੈਚ ਆ, ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਪੂਰੀ ਮੁਕਾਬਲੇ ਦੀ ਟੱਕਰ ਆ। ਸੋ ਇਹ ਸਨ ਬੀਜੇਪੀ ਦੇ ਕਮਲਜੀਤ ਸੇਤੀਆ ਜੀ, ਜਿਨ੍ਹਾਂ ਨੇ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਾ ਚੱਬੇਵਾਲ ਦੇ ਵਿੱਚ ਮੁਕਾਬਲਾ ਹੋਵੇਗਾ। ਸੰਜੀਵ ਕੁਮਾਰ ਦੇ ਨਾਲ ਅਜਮੇਰ ਪਨੋੜ, ਦੈਨਿਕ ਸਵੇਰਾ, ਚੱਬੇਵਾਲ।